ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਕਰਦੇ ਹਾਂ ਅੱਜ ਦੇ ਵਲੋਗ ਦਾ ਆਗਾਜ਼। ਅਤੇ ਬਾਕੀ ਜੀ, ਅੱਜ ਸੁਬਹਾ ਦਾ ਟਾਈਮ ਆ, ਆਏ ਹਾਂ ਮੈਂ ਰੱਬ ਆਪਣਾ ਟਰੈਕਟਰ ਲੈ ਕੇ। ਕੋਈ ਕੰਟੈਂਟ ਵਗੈਰਾ ਹੈ ਨਹੀਂ ਕੱਢਣ ਨੂੰ, ਇਸ ਵਜ੍ਹਾ ਤੋਂ ਆਪਾਂ ਜਿਹੜਾ ਵੀ ਕੰਮ ਕਰੀਦਾ ਉਹਦਾ ਹੀ ਵਲੋਗ ਬਣਾ ਦਿੱਤਾ ਵਾ। ਅਤੇ ਮੈਂ ਰੱਬ ਆਏ ਆ, ਆਏ ਸੀਗੇ ਆਪਾਂ ਜਿੰਮ ਤੋਂ ਲੈਣ ਬੇਸਿਕਲੀ, ਲੇਕਿਨ ਅੱਗੋਂ ਨਹੀਂ ਕਹਿ ਰਹੇ ਸੀਗੇ ਆਹ ਇੰਨੀ ਕੁ ਜਗ੍ਹਾ ਛੱਡੀ ਆ, ਇੱਥੇ ਲਗਾਉਣੀ ਆ ਸਬਜ਼ੀ, ਅਤੇ ਇਹ ਥੋੜ੍ਹੀ ਕੁ ਵਾਹ ਕੇ ਜਾਣੀ ਆ, ਇਹ ਥੋੜ੍ਹੀ ਕੁ ਵਾਹੁਣੀ ਆ। ਬਾਕੀ ਇੱਧਰ ਆਪਣਾ ਕਮਾਦ ਆ ਸਨਮਾ, ਉਹ ਸੋਰੀ ਮੁੰਡਾ, ਅਤੇ ਬਾਕੀ ਇੱਧਰ ਸਾਰਾ ਹੀ ਕਮਾਦ ਆ ਜਿਹੜਾ ਬੀਜਿਆ ਆ। ਅਤੇ ਇੱਕ ਗੱਲ ਤੋਂ ਫਾਇਦਾ ਵੀ, ਜਦੋਂ ਆਪਾਂ ਆਹ ਕਮਾਦ ਲੋਡ ਕਰਕੇ ਕੱਢਣਾ ਨਾ ਕਿਸੇ ਪਾਸੇ, ਉਹਦੇ ਪੱਲੀ ਸਾਈਡ ਸੜਕ ਕੋਈ ਨਹੀਂ ਹੈਗੀ, ਅਤੇ ਚਲੋ ਇੱਥੋਂ ਦੀ ਨਿਕਲ ਨਿਕਲ ਜਾਊਗਾ। ਬਾਕੀ ਆਪਾਂ ਇਹ ਜਦੋਂ ਕਮਾਦ ਕੱਢਿਆ ਸੀ, ਆਹ ਸਾਹਮਣੇ ਜਿਹੜੀ ਜਗ੍ਹਾ ਆ ਨਾ, ਇੱਥੋਂ ਦੀ ਲੱਦ ਕੇ ਅਤੇ ਸਿੱਧਾ ਕੱਢਿਆ ਸੀ, ਉਹ ਸੇਮ ਹੱਲ ਆ। ਹੁਣ ਉੱਥੇ ਸਬਜ਼ੀ ਬੀਜੀ ਆ, ਉੱਥੇ ਬੀਜੀਆਂ ਸੀਗੀਆਂ ਮਿਰਚਾਂ, ਮਿਰਚਾਂ ਦੇ ਪੌਦੇ ਬੜੇ ਸ਼ਾਨਦਾਰ ਹੋਏ ਆ। ਇੱਕ ਦਿਨ ਅਸੀਂ ਇੱਥੋਂ ਮਿਰਚਾਂ ਤੋੜ ਕੇ ਲਗੇ ਹਾਂ ਬਹੁਤ ਸਾਰੀਆਂ, ਅਤੇ ਕਾਫੀ ਅੱਛੀਆਂ ਸੀ। ਉੱਧਰ ਮੈਂ ਬੈਠ, ਮੇਰਾ ਘਰ ਸੀ, ਉਹ ਵਲੋਗ ਪਿਛਲੇ 'ਚ ਆਈ ਨਹੀਂ ਵੀਡੀਓ, ਤੁਹਾਨੂੰ ਮੈਂ ਦਿਖਾਉਂਦਾ ਵਾ। ਦੇਖੋ ਮਿਰਚਾਂ, ਅੱਛਾ ਇਸ ਤਰ੍ਹਾਂ ਲੱਗੀ ਹੋਏ ਆ ਸਾਰੇ। ਇਹ ਬਹੁਤ ਚਿਰ ਦੀਆਂ ਲਾਈਆਂ, ਸਰਦੀਆਂ 'ਚ ਲਾਈਆਂ ਸੀਗੀਆਂ। ਇੱਕ ਮੈਂ ਵਲੋਗ ਬਣਾਇਆ ਸੀਗਾ ਸਰਦੀਆਂ ਦੇ ਵਿੱਚ, ਉਦੋਂ ਟਰਾਲੇ ਟਰੂਲੇ ਲੈ ਕੇ ਜਾਈਏ ਸੀਗੇ, ਉਦੋਂ ਦੀਆਂ ਇਹ ਇੱਥੇ ਬੀਜੀਆਂ ਮਿਰਚਾਂ, ਅਤੇ ਮਾਸ਼ਾਅੱਲਾ ਠੀਕ ਆ। ਬਾਕੀ ਚੈਨਲ 'ਤੇ ਜਿਹੜੇ ਦੋਸਤ ਨਵੇਂ, ਗੁਜ਼ਾਰਿਸ਼ ਆ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਅਤੇ ਬਾਕੀ ਇੱਥੋਂ ਬੁਣਨੇ ਆ, ਅਤੇ ਤੁਹਾਨੂੰ ਦੱਸਦੇ ਕੀ ਸੂਰਤ ਹਾਲ ਆ। ਬਾਕੀ ਸਾਰੇ ਦਿਨ ਦਾ ਸ਼ਡਿਊਲ ਤਿਆਰੀ ਕਰ ਦਿਓ। ਅੱਜ ਹੈਗਾ ਐਤਵਾਰ ਦਾ ਦਿਨ, ਐਤਵਾਰ ਵਾਲੇ ਦਿਨ ਚਲਾਉਣਾ ਸੀਗਾ ਟੂਵਲ, ਐਤਕੀ ਨਹੀਂ ਚਲਾਇਆ ਹੈਗਾ ਕਿਉਂਕਿ ਥੋੜ੍ਹੇ ਦਿਨ ਪਹਿਲਾਂ ਬਾਰਿਸ਼ ਹੋ ਗਈ ਹਟੀ ਆ। ਲੇਕਿਨ ਬਾਰਿਸ਼ ਦਾ ਤਾਂ ਇੱਦਾਂ ਇਸ਼ੂ ਨਹੀਂ ਹੈਗਾ, ਨਹਿਰੀ ਪਾਣੀ ਹੁੰਦਾ ਨਾ ਅਤੇ ਫਿਰ ਟੂਵਲ ਲਾਜ਼ਮੀ ਚਲਾਉਣਾ ਸੀਗਾ, ਅਤੇ ਲੇਕਿਨ ਨਹਿਰੀ ਪਾਣੀ ਹੋਇਆ ਵਾ ਬੰਦ, ਜਿਹਦੀ ਵਜ੍ਹਾ ਤੋਂ ਟੂਵਲ ਨਹੀਂ ਚਲਾਉਣਾ ਹੈਗਾ। ਕਿਉਂਕਿ ਸਿੰਗਲ ਪਾਣੀ ਟੂਵਲ ਦਾ ਇਕੱਲਾ ਚੱਲਣਾ, ਉਹਦੇ ਨਾਲ ਕੋਈ ਏਡਾ ਨਿਬੇੜਾ ਨਹੀਂ ਹੁੰਦਾ ਹੈਗਾ। ਜਿੱਦਣ ਫਿਰ ਨਹਿਰੀ ਪਾਣੀ ਹੁੰਦਾ, ਨਹਿਰੀ ਪਾਣੀ ਵੀ ਨਾਲ ਹੁੰਦਾ, ਆਪਣੇ ਟੂਵਲ ਦਾ ਵੀ ਨਾਲ ਹੁੰਦਾ ਵਾ, ਪਿੱਛੋਂ ਇੱਕ ਹੋਰ ਟੂਵਲ ਚਲਾ ਦੀਦਾ ਵਾ ਨਾਲ, ਅਤੇ ਫਿਰ ਕੰਮ ਛੇਤੀ ਹੋ ਜਾਂਦਾ। ਲੇਕਿਨ ਹੁਣ ਬਾਰਿਸ਼ ਦਾ ਦੱਸਦੇ ਤਾਂ ਹੈਗੇ ਹਾਂ, ਬਸ ਗਰਮੀ ਬਹੁਤ ਜ਼ਿਆਦਾ ਹੋਈ ਆ, ਦੱਸਦੇ ਤਾਂ ਹੈਗੇ ਬਾਰਿਸ਼ਾਂ ਦਾ, ਚਲੋ ਬਾਰਿਸ਼ ਪੈ ਜੂਗੀ ਅਤੇ ਫਿਰ ਆਪਾਂ ਟੂਵਲ ਚੂਵਲ ਚਲਾ ਕੇ ਅਤੇ ਸਾਰਾ ਘਰ ਜਾਣਾ ਕਮਾਦ। ਬਾਕੀ ਅਲੀ ਆ ਤਾਂ ਸਾਹਮਣੇ, ਉਹ ਚਲ ਗਿਆ ਫੁੱਟਾ ਲੈਣ, ਜਿੱਥੇ ਆਪਾਂ ਲਾਈਆ ਨਾ ਕਪਾਹ, ਕਪਾਹ ਦੇ ਕੋਲ ਉੱਥੇ ਫੁੱਟਾਂ ਵੀ ਲਾਈਆਂ ਵਾ, ਫੁੱਟਾ ਲੈਣ ਗਿਆ ਉੱਥੋਂ ਮੇਰੇ ਹਿਸਾਬ ਨਾਲ। ਬਾਕੀ ਇੱਧਰ ਸਾਹਮਣੇ ਆਪਣੇ ਤਿਲੀ ਦੀ ਫਸਲ ਆ, ਇੱਧਰ ਵੀ ਕਮਾਦ ਆ, ਉਹ ਸਾਹਮਣੇ ਕਪਾਹ ਆ, ਕਪਾਹ ਦੇ ਨਾਲ ਹੀ ਦੂਸਰੀ ਆ। ਮਿਰਚਾਂ ਦੇ ਬੂਟੇ ਵੀ ਉੱਥੇ ਥੋੜ੍ਹੇ ਕੁ, ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਜ਼ਮੀ।
ਬਾਕੀ ਜੀ ਇੱਥੋਂ ਹੁਣ ਆਪਾਂ ਵੜਨਾ ਵਾ ਜੇਂਦਰ, ਚੁਟਕੀ ਮਾਰ ਨੇ ਜੇਂਦਰ ਵੱਢ ਹੋ ਜਾਣਾ। ਬਾਕੀ ਜੀ ਜੇਂਦਰ ਆਪਾਂ ਵੱਢ ਲਿਆ, ਦੇਖ ਸਕਦੇ ਹੋ ਤੁਸੀਂ ਤੇ ਗਰਮੀ ਬਹੁਤ ਜ਼ਿਆਦਾ ਵਾ, ਹਾਲਤ ਦੇਖੋ ਕਿੱਦਾਂ ਦੀ ਹੋਈ ਆ, ਸੀਨੇ ਨਾਲ ਫੁੱਲ ਭਰੇ ਆ। ਆ ਪਿਛਲੀ ਸਾਈਡ ਪਾਣੀ ਪਾਇਆ ਆ, ਪਾਣੀ ਪਾਇਆ ਉੱਥੇ। ਹਾਂਜੀ ਏਡੀ ਸਾਨੀ ਨਾਲ ਪਾਣੀ ਪੈਣ ਲੱਗਾ, ਦੇਖੋ ਬਾਹ ਕਿੱਦਾਂ ਫੁੱਲ ਗਿੱਲੀ ਹੋਈ ਆ। ਮੈਂ ਕਲੂਲੀ ਕੀਤੀ ਸੀ, ਕਹਿਣਾ ਤੇ ਸਿੱਖ ਦਾ ਹੜ ਲੱਗ ਜਾਂਦਾ ਪਤਾ ਅੱਜ ਇਕੱਲੇ ਦਾ। ਚੱਲ ਚੱਲ ਬੰਨ, ਚੱਲ ਫਿਰ ਟਰੈਕਟਰ ਸਟਾਰਟ ਕਰ ਜਾ ਕੇ। ਉਹ ਮੈਂ ਕਰ ਲੂੰਗਾ, ਤੂੰ ਆਪਣਾ ਬੰਨ। ਉਹ ਵੀ ਮੈਂ ਚਲਾਉਣਾ। ਆਹੋ ਪੈਲੀਆਂ ਚ ਨਹੀਂ ਲਾਉਣਾ। ਚੱਲ ਮਸਵਾਕ ਵੀ ਇੱਥੋਂ ਤੌਣ ਨਹੀਂ। ਇੱਥੇ ਆ ਗਏ ਜੀ ਆਪਾਂ ਆਪਣੀ ਹਵੇਲੀ 'ਚ, ਬੈਠੇ ਬੈਠੇ ਲੈ ਕੇ ਆ ਗਏ ਸੀ, 2-3 ਘੰਟੇ ਗੁਜ਼ਰ ਚੁੱਕੇ ਆ। ਇੱਦਾਂ ਦੇਖੋ ਆਪਣੀ ਕਣਕ ਸਾਰੀ ਪਈ ਉਸੇ ਤਰ੍ਹਾਂ ਹੀ, ਅਤੇ ਇੱਥੇ ਦਾ ਕੰਮ ਹੁਣ ਇਹ ਆ, ਇੱਧਰੋਂ ਸਾਰੀ ਜਗ੍ਹਾ ਕੀਤੀ ਆ ਵਿਹਲੀ, ਇੱਥੇ ਜਿਹੜਾ ਵੀ ਸਮਾਨ ਪਿਆ ਸੀ ਸਾਰਾ ਕੱਢ ਕੇ ਅਤੇ ਬਾਹਰ ਰੱਖਿਆ ਵਾ, ਅਤੇ ਹੁਣ ਆਪਾਂ ਇਹ ਜਿਹੜੀ ਜਿੰਨੀ ਵੀ ਕਣਕ ਆ ਨਾ ਆਲਮੋਸਟ ਸਾਰੀ ਇਹ ਸਾਰੀ ਚੁੱਕ ਕੇ ਇਹਦੇ ਵਿੱਚ ਇੱਕ ਇੱਕ ਆਪਾਂ ਰੱਖਣੀ ਆ ਗੋਲੀ, ਕਿ ਇਹਨੂੰ ਸੁਸਰੀ ਵਗੈਰਾ ਨਾ ਲੱਗੇ। ਗੋਲੀ ਰੱਖ ਕੇ ਬੋਰਿਆਂ ਦੇ ਵਿੱਚ, ਸਾਰੇ ਬੋਰੇ ਖੋਲ੍ਹਣੇ, ਸਾਰੇ ਬੋਰੇ ਖੋਲ੍ਹ ਕੇ ਇੱਕ ਗੋਲੀ ਵਿੱਚ ਰੱਖ ਕੇ ਇੱਧਰ ਨਵੇਂ ਸਿਰੇ ਧੜੀ ਲਾਈ ਜਾਣੀ, ਇੱਧਰ ਨੂੰ ਚੁੱਕਦੇ ਨੇ ਜਿੰਨਾ ਵੀ ਹੋਇਆ 250-300 ਬੋਰਾ, ਅਤੇ ਇਹ ਲਾ ਕੇ ਅਤੇ ਫਿਰ ਕਣਕ ਸੇਵ ਕਰ ਲੈਣੀ ਹੈ, ਕਿਉਂਕਿ ਰੇਟ ਐਡਾ ਕੋਈ ਨਹੀਂ ਹੈਗਾ ਵੇਚਣ ਲਈ, ਨਹੀਂ ਤਾਂ ਵੇਚ ਦੇਣੀ ਸੀਗੀ, ਨਹੀਂ ਤਾਂ ਪਈ ਰਹੂਗੀ, ਸਟਾਕ ਹੋਈ ਰਹੂਗੀ, ਕੋਈ ਟੈਨਸ਼ਨ ਨਹੀਂ, ਆਪੇ ਸਰਦੀਆਂ ਨੂੰ ਵਿਕ ਜੂਗੀ ਦੁਬਾਰਾ। ਬਾਕੀ ਆਹ ਸਮਾਨ ਸਮੂਨ ਸਾਰਾ ਕੱਢ ਕੇ ਰੱਖਿਆ ਬਾਹਰ, ਟਾਇਰ ਜੇ ਵੋ ਟੂਪਾਂ ਫਾੜੇ, ਇਹਦਾ ਰੇਂਜਰ ਦੇ ਟਰੈਕਟਰ ਦਾ ਸਮਾਨ, ਸਲੰਸਰ ਸਾਰਾ ਕੁਛ ਹੀ। ਬਾਕੀ ਦਵਾਈ ਲੈਣ ਗਏ ਅੱਬੂ ਹੁਣੇ ਅਤੇ ਨਾਲ ਚਾਚਾ ਭੀਜਾ ਵੀ, ਜਿੱਦਾਂ ਹੀ ਲੈ ਕੇ ਆਉਂਦੇ ਆ ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਇੱਥੇ ਰੱਖ ਕੇ ਉੱਥੇ ਬੱਦਲ ਆ ਹੋਇਆ ਵਾ, ਨਾ ਹਵਾ ਚੱਲਣ ਡਈ ਆ ਨਾ ਧੁੱਪ ਨਿਕਲੀ ਆ, ਹਵਾ ਬਸ ਹੀ ਹੋਈ ਆ ਬਹੁਤ ਜ਼ਿਆਦਾ। ਪੱਖਾ ਲਿਆ ਕੇ ਲਾਇਆ ਜੀ, ਅਤੇ ਨਾਲੇ ਉਹ ਦਵਾਈਆਂ ਲਿਆਉਂਦੀਆਂ ਵਾ, ਦਵਾਈ ਪੈਕ ਕਰ ਰਹੇ, ਅਤੇ ਇਹਨਾਂ ਨਾਲ ਇਹਦੇ ਨਾਲ ਬੋਰਿਆਂ 'ਚ ਨਾ ਲਾ ਕੇ ਅਤੇ ਰੱਖ ਦੇਣੀ ਆ। ਚੈੱਕ ਕਰੋ ਕਣਕ, ਕਣਕ ਮਾਸ਼ਾਅੱਲਾ ਬਿਲਕੁਲ ਸਾਫ ਆ। ਕਣਕ ਨੂੰ ਇਹ ਨਹੀਂ ਕਿ ਸੁਸਰੀ ਸੁਸਰੀ ਨਹੀਂ ਲੱਗੀ ਹੈਗੀ, ਮਤਲਬ ਵੈਸੇ ਹੀ ਅਹਿਤਿਆਤ ਅਸੀਂ ਰੱਖਣ ਲੱਗੇ ਹਾਂ, ਕਿਉਂਕਿ ਬਾਅਦ 'ਚ ਪਤਾ ਕੋਈ ਨਹੀਂ ਹੈਗਾ ਸੁਸਰੀ ਦਾ। ਮੈਂ ਡਰ ਗਿਆ, ਮੈਂ ਕਿਹਾ ਪਤਾ ਨਹੀਂ ਕਿਹੜਾ ਡਾਕੂ ਆ ਗਿਆ। ਹਾਂ ਛਾਪਰ ਲਿਆਉਂਦਾ ਵਾ, ਛਾਪਰ ਇੱਧਰਲੀ ਸਾਈਡ 'ਤੇ ਲਾ ਦੇਣਾ, ਪੌੜੀ ਲਿਆਉਂਦੀ, ਪੌੜੀ ਦੇ ਨਾਲ ਛਾਪਰ ਤਾਂ ਉਹਨੂੰ ਲਾ ਦੇਣਾ ਵਾ, ਉੱਤੇ ਨੂੰ ਕਰਕੇ ਛਾਪਰ ਇੱਦਾਂ ਕੰਧ ਦੇ ਨਾਲ ਥੱਲੇ ਨੂੰ ਆ ਜਾਣਾ, ਥੱਲੋਂ ਐਂ ਨੂੰ ਹੋ ਜਾਣਾ, ਬੋਰੇ ਇੱਧਰ ਰੱਖਣਗੇ ਜਾਂ ਤੁਹਾਡੀ ਤਾਂ ਉਹਨੂੰ ਲਾ ਦੇਣੀ, ਕੰਮ ਪੂਰਾ ਸੈੱਟ ਹੋ ਜਾਣਾ। ਲਓ ਜੀ ਇੰਨੇ ਆਪਾਂ ਬੋਰੇ ਕੱਢ ਕੇ ਅਤੇ ਇੱਧਰ ਸਾਈਡ 'ਤੇ ਰੱਖ ਦਿੱਤੇ, ਇੱਕ ਤਾਂ ਲੱਗ ਗਈ, ਇੱਕ ਥੱਲੇ ਲੱਗ ਗਈ ਆ, ਅਤੇ ਗਰਮੀ ਬਹੁਤ ਜ਼ਿਆਦਾ ਵਾ,
ਬਾਰ ਬਾਰ ਪੱਖਾ ਚਲਾਇਆ ਵਾ। ਅੱਛਾ ਮੈਂ ਗਰਮੀ ਦਾ ਨਾਂ ਲਿਆ ਭਾਈ, ਹੈਰਾਨ ਹੋ ਗਿਆ ਹੈ ਇੰਨੀ ਗਰਮੀ। ਬੋਰੇ ਮੈਂ ਕਿੱਦਾਂ ਗਿਣਾ ਪਰਲੀ ਢੇਕ ਦੇ ਥੱਲੇ, ਇੱਕ ਦੋ ਤਿੰਨ ਤਿੰਨ ਵਾਰ ਆ ਲੱਗ ਗਏ ਆ, ਤੇ ਮੁੜ ਕੇ ਤਿੰਨ ਚਾਰ ਪੰਜ ਛੇ ਸੱਤ ਉੱਧਰ ਅੱਠ ਆਇਆ ਇਹਨੂੰ ਹੁਣ ਹੈ ਚਲ ਗਿਆ। ਇੱਥੇ ਜੀ ਦੁਪਹਿਰ ਦਾ ਟਾਈਮ ਹੋ ਗਿਆ ਵਾ, ਅਤੇ ਹੁਣ ਜਾ ਕੇ ਆਪਣਾ ਕੰਮ ਥੋੜ੍ਹਾ ਜਿਹਾ ਕੰਪਲੀਟ ਹੋਇਆ ਵਾ, ਸਿਰਫ ਆਹ ਗਿਣਤੀ ਦੇ ਚੰਦ ਬੋਰੇ ਰਹਿ ਗਏ ਆ, ਬਾਕੀ ਇੱਕ ਦੋ ਤਿੰਨ ਚਾਰ ਧੜਾ ਲਾਤੀਆਂ ਵਾ, ਵਾ ਵਾ ਲੰਮੀਆਂ ਲੰਮੀਆਂ ਇੱਥੋਂ ਲਾ ਕੇ ਉਹ ਤੱਕ। ਹੋਰ ਗੋ ਵੀ ਆਉਣ ਡਈ ਅੰਦਰ, ਗੋਲੀਆਂ ਰੱਖੀਆਂ ਹੁਣ ਇੱਦਾਂ ਕਰਨੀ ਆ, ਹੁਣ ਛਾਪਰ ਇਹਦੇ ਉੱਤੇ ਪਾ ਦੇਣਾ ਇਸ ਤਰ੍ਹਾਂ, ਇਹਦੇ ਪਿੱਛੇ ਆਲਮੋਸਟ ਪਹਿਲੋ ਹੀ ਛਾਪਰ, ਇਹਦੇ ਉੱਤੋਂ ਦੀ ਪਾ ਕੇ ਕਵਰ ਕਰ ਦੇਣਾ ਸਾਰਾ, ਇਹਨੂੰ ਕਰਦੇ ਬੰਦ ਇਹਨੂੰ। ਚਲੋ ਅਮਰ ਤੇ ਸੁਟਣਾ ਸੀਗਾ ਆਪਣੇ, ਡਰ ਗਿਆ ਯਾਰ। ਕਿੱਧਰ ਕੀਤੀ ਜਿਹੜਾ ਗਰੀਬ ਯਾਰ, ਵਾਹਵਾ ਤੁਹਾਡਾ ਡਰਾਮਾ ਜਿਹਾ ਬਣੀ ਮਿਸਤਰੀ ਤੋਂ ਡਰਿਆ ਹੀ ਡਰਿਆ ਰਿਹਾ। ਸਾਹਮਣੇ ਬਾਈ ਵੀਲਰ ਖਲੋਤੇ ਹੈ, ਧਿਆਨ ਨਾਲ ਨਗਾਈ ਓਏ, ਗਾਰਾ ਹੀ ਬਹੁਤ ਧਿਆਨ ਨਾਲ ਜਾਣ ਦੇ, ਸਿੱਧੀ ਜਾਣ ਦੇ, ਲੱਗ ਗਿਆ ਉਹਦਾ ਪਤਾ ਜੇ ਡਰਾਈਵਰੀ ਦਾ ਪਤਾ ਲੱਗ। ਚੱਲ ਹਾਂ, ਉੱਤੇ ਮੋਟਰਵੇ ਆ ਜੀ ਸਾਨੂੰ ਦੀ, ਅਸੀਂ ਲੰਘਣ ਡੇ ਹਾਂ, ਅਰਮਾਨ ਉਹਨਾਂ ਦੇ ਕੋਲ ਜਾ ਰਹੇ ਹਾਂ, ਉਹਨਾਂ ਨੇ ਉੱਥੇ ਟੂਲ ਚਲਾਇਆ ਅੱਜ, ਕਹਿੰਦੇ ਸਾਡੇ ਕੋਲ ਆਓ ਸਾਨੂੰ ਮਿਲਣ ਦਾ ਸਾਹਸ ਹੋ ਗਿਆ, ਮੈਂ ਕਿਹਾ ਠੀਕ ਆ ਅਸੀਂ ਅਸੀਂ ਚੱਲ। ਬਾਕੀ ਜੀ ਆਪਾਂ ਜਿਹੜੀ ਗੰਦਮ ਸੀਗੀ ਸਾਰੀ ਰੱਖ ਦਿੱਤੀ ਹੈ ਸੀਲ ਕਰਕੇ, ਮੈਂ ਉਦੋਂ ਵੀਡੀਓ ਨਹੀਂ ਬਣਾਈ ਕਿਉਂਕਿ ਉਸ ਟਾਈਮ ਗਰਮੀ ਬਹੁਤ ਹੋ ਗਈ ਸੀਗੀ, ਅਤੇ ਆਪਾਂ ਨਾ ਜਿਹੜੇ ਵੀ ਚਾਰ ਪੰਜ ਧੜੀਆਂ ਲਾਈਆਂ ਉੱਤੇ ਤੱਕ ਉਹਦੇ ਦਵਾਈਆਂ ਉਹਨਾਂ ਦੇ ਵਿੱਚ ਵੀ ਰੱਖੀਆਂ ਵਾ, ਬੋਰਿਆਂ ਦੇ ਆਸੇ ਪਾਸੇ ਵੀ ਸਾਈਡਾਂ 'ਤੇ ਵੀ ਰੱਖੀਆਂ ਆ, ਅਤੇ ਉੱਤੋਂ ਦੀ ਛਾਪਰ ਚੜ੍ਹਾ ਕੇ ਉੱਤੋਂ ਦੀ ਤਰਪਾਲ ਪਾ ਕੇ ਐਂ ਹਰ ਚਾਰ ਸਵੇਰਿਓਂ ਆਪਾਂ ਨਾ ਕਵਰ ਕਰ ਦਿੱਤੀ ਹੈ ਕਣਕ ਆਪਣੀ, ਜਾਣੀ ਹੁਣ ਦਰਵਾਜ਼ਾ ਜਿਹੜਾ ਆਪਣਾ ਖੁੱਲ੍ਹੀ ਵੀ ਜਾਵੇ ਨਾ ਉਹਦਾ ਐਡਾ ਇਸ਼ੂ ਨਹੀਂ ਬਣਨਾ, ਦਰਵਾਈ ਦੀ ਜਿਹੜਾ ਅਸਰ ਆ ਨਾ ਸਾਰਾ ਉਹ ਵਿੱਚ ਹੀ ਰਹਿਣਾ, ਛਾਪਰ ਦੇ ਛਾਪਰ ਚਾਰ ਸਵੇਰਿਓਂ ਘੁੱਟ ਹੋਇਆ ਵਾ, ਅਤੇ ਤੁਹਾਨੂੰ ਚੱਲ ਕੇ ਦਿਖਾਉਂਗੇ ਅਤੇ ਕੀ ਸੂਰਜ ਹਾਲ। ਬਾਕੀ ਸ਼ਾਮੀ ਸੀਗਾ ਉਹ ਬਾਹਰ ਕਦਰਾਂ ਦੇ ਕੋਲ ਦੋਸਤਾਂ ਉਹ ਬੈਠਣਾ ਸੀਗਾ, ਉਹ ਤੋਤਾ ਲੈ ਕੇ ਅਤੇ ਇਹਨੂੰ ਡਰਾ ਰਹੇ ਸੀਗੇ ਅਤੇ ਡਰ ਗਿਆ। ਬਾਕੀ ਆਹ ਸਾਹਮਣੇ ਫਲਾਈ ਵਾਲਾ ਪੋਲਾ ਬਾਈਪਾਸ ਵਾਲਾ, ਇੱਥੇ ਬਹੁਤ ਟ੍ਰੈਫਿਕ ਲੰਘ ਜੀ ਟਰਾਲੇ ਟੋਲੇ ਦੇ, ਬਾਕੀ ਹੋਰ ਵੀ ਸਾਹ ਮੋਟਰਵੇ ਐਮ ਟੂ ਆ, ਐਮ ਥਰੀ ਆ, ਮੈਂ ਵੀ ਉਹੀ ਕਿਹਾ ਬੈਠੇ ਟੂਬਲ ਇੱਥੇ ਨਜ਼ਰ ਹੀ ਨਹੀਂ, ਉਹਨਾਂ ਨੇ ਤਾਂ ਟੂਬਲ ਦੀ ਵੀਡੀਓ ਬਣਾਉਣੀ ਸੀ ਯਾਰ।
ਫਿਰ ਟਰੈਕਟਰ ਬੰਦ ਕਰਕੇ ਜਾਣਾ ਪੈਣਾ। ਬਾਕੀ ਜੀ ਇੱਥੇ ਮਰੱਬੇ ਆਏ ਹਾਂ, ਇੱਥੇ ਤੁਰਨ ਡੇ ਹਾਂ। ਬਾਕੀ ਟੂਰ ਚੱਲ ਰਿਹਾ ਇੱਥੇ ਆਪਣੇ ਦੋਸਤਾਂ ਦੇ ਕੋਲ, ਅਤੇ ਬਾਕੀ ਉਹ ਸਾਹਮਣੇ ਲਾ ਰਹੇ ਪਾਣੀ। ਹੈਲੋ, ਉਹ ਅਰਮਾਨ ਕਹਿੰਦੇ ਇੱਧਰ ਆ ਜਾ, ਥੋੜ੍ਹਾ ਕਿੱਥੇ ਆ ਗਿਆ, ਉਹ ਤਾਂ ਗਾਣੇ ਸੁਣਨ ਡਿਆ, ਤੂੰ ਇੱਧਰ ਆ ਜਾ, ਇੱਥੇ ਕਿੱਦਾਂ ਆਕੜ ਕੇ ਖੜਾ ਵਾ। ਨਹੀਂ ਨਹੀਂ ਆਇਆ, ਪਹਿਲਾਂ ਮੋਟਰਸਾਈਕਲ ਦੀ ਚਾਬੀ ਤੇ ਜਾਈਏ ਸੀ, ਮੈਂ ਦੁੱਧ ਨਹੀਂ ਹੋਣਾ ਜਾ ਕੇ ਆ, ਪਾਣੀ ਚੜ ਜਾਂਦਾ ਹੋਊਗਾ ਇਸ ਖੇਤ ਆਹ ਹਾਲਤ। ਨਹੀਂ ਇਸ ਪਾਣੀ ਉਹ ਕਹਿ ਦੇ ਹੋਵੇ ਨਾ। ਹਾਂ ਕੀ ਆ, ਬਈ ਆਇਓ ਸਿੱਧੇ ਯਾਰ, ਅੱਗੇ ਤੁਰ ਕੇ ਆਈਏ। ਹਾਂ ਨਹੀਂ ਟੋਕਲ ਸਾਈਡ ਨਹੀਂ, ਕਿੱਥੇ ਆ ਇਹ, ਮੈਨੂੰ ਤਾਂ ਦਿਖਣ ਨਹੀਂ ਦਿਆ। ਉਹ ਸਾਹਮਣੇ ਖੜਾ ਉਹ ਨਿੱਕਾ ਇੱਥੋਂ ਮੋਟਰਸਾਈਕਲ ਹੀ ਜਾਂਦਾ ਯਾਰ, ਆ ਖਾਲ ਛੋਟਾ ਉਹ ਨਹੀਂ ਮੋਟਰਸਾਈਕਲ ਚਲਾ ਕੋ ਚੱਲਦੇ ਆ ਫਿਰ ਲਾ ਦੇ ਇਹਨੂੰ ਤੂੰ ਹੈਂਡ ਲਾ ਕੇ। ਬਾਕੀ ਤੁਹਾਨੂੰ ਇੱਕ ਬੰਦਾ ਦੱਸਣ, ਇਹ ਬੰਦੇ ਵੱਲ ਤੁਸੀਂ ਦੇਖੋ MBBS ਡਾਕਟਰ ਬਣਨ ਡਿਆ ਵਾ, ਅਤੇ ਇਸ ਬੰਦੇ ਨੇ 3.5 ਕਿੱਲੇ ਕਣਕ ਗਾਈ ਆ, ਕਹਿ ਰਿਹਾ ਵਾ ਮੈਂ ਇਕੱਲੇ ਨੇ 3.5 ਕਿੱਲੇ ਦੀਆਂ ਦੂਸਰੀ ਚੁੱਕੀ ਆ, ਬੋਰੇ ਭਰੇ ਆ, ਕੜਾਈਆਂ ਚੁੱਕੀਆਂ ਦਾਣਿਆਂ ਦੀਆਂ। ਇੱਧਰ ਨੂੰ ਦੇਖੋ ਭਾਈ ਸਾਹਿਬ, ਕਹਿੰਦਾ ਪੂਰਾ ਹਫ਼ਤਾ ਲੱਕ ਦੋਖਦਾ ਰਿਹਾ, ਪੂਰਾ ਹਫ਼ਤਾ ਲੱਕ ਦੋਖਦਾ ਰਿਹਾ, ਹਾਲਾਂਕਿ ਡਾਕਟਰ ਇੱਕ ਇਲਾਜ ਨਹੀਂ ਹੋਇਆ ਆਪਣਾ, ਅਤੇ ਇਹਨੇ ਦੂਸਰੀ ਆਵਾਮ ਦਾ ਕਿੱਦਾਂ ਇਲਾਜ ਕਰਨਾ। ਇਹ ਹੋ ਰਹੀ ਪਾਕਿਸਤਾਨ 2 ਨੰਬਰੀ, ਇਹ ਸੀਰੀਅਸ ਦੱਸ ਫਿਰ ਵੀ ਬਈ ਕਰਾਂਗੇ ਇਲਾਜ ਇਨ ਸ਼ਾਅੱਲਾ ਆਪਣਾ ਦੇ ਘਰ, ਫਿਰ ਆਪਣਾ ਇਲਾਜ ਕਰ ਹਫ਼ਤੇ ਦੇ ਵਿੱਚ ਠੀਕ ਹੋ ਗਿਆ, ਹਫ਼ਤਾ ਲਾਇਆ, ਹਾਲਾਂਕਿ ਤੂੰ ਖੁਦ ਆਪਣੇ ਆਪ 'ਤੇ ਇਲਾਜ ਕੀਤਾ ਤਾਂ ਵੀ ਹਫ਼ਤਾ ਲਾਇਆ, ਬਾਕੀ ਜੀ ਉਹ ਸਾਹਮਣੇ ਦੇਖੀਏ। ਬਾਕੀ ਜੀ ਪਾਣੀ ਲਾਉਣ ਡਿਆ ਸੀਗਾ, ਦੇਖੋ ਟੋਕਾ ਹੁਣ ਲਾਉਣ ਡਿਆ, ਸਾਡੇ ਆਉਣ ਦਾ ਕੋਈ ਫਾਇਦਾ ਤਾਂ ਹੋਇਆ ਨਾ, ਤੈਨੂੰ ਦੋ ਬਣਾ ਜਗ੍ਹਾ ਭਰ ਗਈ, ਪਿੱਛੋਂ ਟੋਕਾ ਲਾਉਣ ਚੇਤਾ ਆਇਆ ਕਿ ਲਾਉਣੀਆਂ ਸੀ ਉਹ ਵੀ ਜੱਫੀ ਰਾਤ ਲੱਗਾ ਮਾਮਾ ਉਮਰ ਤੁਮੇ ਇਹਨਾਂ ਜੱਫੀ ਪਾ ਇੱਕ ਵਾਰੀ ਆ ਦਰਖਤ ਨਾ, ਜੇ ਮਾਮਾ ਝੋਲੇ ਚ ਚਾਬੀ ਨਾ ਦੇਣ ਕੀਮਤਾ ਲਾ ਗਿਆ ਸੀ ਤੈਨੂੰ ਉਧਰ ਹੀ, ਉਹ ਥੋੜਾ ਆ ਗਿਆ ਮੰਜੀ ਚੁੱਕ ਕੇ, ਉਹ ਦੇਖ ਲੈ ਘੰਟਾ ਹੋ ਗਿਆ ਉਹਨੂੰ, ਤੂੰ ਆ ਵੀ ਟੋਕਾ ਨਹੀਂ ਚੌਥੀ ਬੰਦ ਕਰਨ ਲੱਗਾ ਹੁੰਦਾ ਵੀ ਆ ਵੀਡੀਓ ਇਹਦੇ ਪਾਪਾ ਨੂੰ ਦਿਖਾਉਣੀ ਆ, ਮੈਂ ਦਿਖਾਉਣੀ ਉਹਦੇ ਪਾਪਾ ਨੂੰ, ਉਹਦੇ ਵੀ ਖਾ ਗਏ ਅੱਜ ਉਹ ਪਾਣੀ ਵੀ ਨਹੀਂ ਜਾਣ ਡਿਆ, ਭਰ ਗਈਆਂ ਲੱਗਦਾ ਤੂੰ, ਪਾਣੀ ਜਾਣ ਨਹੀਂ ਦਿਆ ਵਾਕੇ, ਵੀ ਜਾ ਉਮਰ ਸਾਹਿਬ ਭਰਿਆ ਪਿਆ ਨਾ, ਨਾਮ ਭਰ ਗਿਆ ਉਹ ਹੁਣ ਚਾਚਾ ਜਵੇਦ ਕੀ ਲੱਗਦਾ ਤੇਰਾ, ਉਹ ਕੋ ਰੁਪਈਆ ਬਣਨੀ 1000 ਜਾ ਕੇ ਹੱਥੀ ਮੁਰਗੇ ਹੱਥੇ ਲਈ ਕਰਦੇ ਮੈਂ ਲੋਕ ਨੂੰ ਐਂਡ, ਅਤੇ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਹਾਨੂੰ ਲੋਕ ਕਿਸ ਤਰ੍ਹਾਂ ਦਾ ਲੱਗਾ, ਅਤੇ ਬਾਕੀ ਜਿਹੜਾ ਕਣਕ ਦੀ ਅੱਜ ਕਿੱਟਾ ਸਮਾਨ ਤੁਹਾਨੂੰ ਨੈਕਸਟ ਵਲੋਗ 'ਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਆ, ਅਤੇ ਇਹ ਵਲੋਗ ਨੂੰ ਇੱਥੇ ਐਂਡ ਕਰਦੇ, ਇੱਕ ਚੰਗਾ ਕਮੈਂਟ ਕਰਕੇ ਲਾਜ਼ਮੀ ਦੱਸੋ ਕਿ ਵਲੋਗ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ। ਓਕੇ ਜੀ, ਅੱਲਾ ਹਾਫਿਜ਼।